فيلم تدريبي بتاع سينما ميلان. امريندرجيل اجي امريندرجيل يونا پر جی امریندر گل کالج نال نہیں ہوندا تے کالج اچ کالج گل نہیں ہوندا اے فیکٹ ہے ملو سانو کٹھے نو 25 سال تے ہو گئے انگریزی ایک بچہ دیتا جی ਮੇਰੇ ਅੰਦਰ ਨਾਲ ਮੇਰੀ ਅਕਸਰ ਇਸ ਟੌਪਿਕ ਦੀ ਗੱਲ ਹੁੰਦੀ ਹੁੰਦੀ ਹੈ ਸਭ ਤੋਂ ਮੇਨ ਗੱਲ ਜਿਹੜੀ ਆ ਉਹ ਹੈਗਾ ਟਰਸਟ ਮੇਰਾ ਲੱਗਦਾ ਕਿ ਜਿੰਨਾ ਪੈਸ਼ਨ ਤੇ ਜਿੰਨੀ ਮਤਲਬ ਇਨ ਹੋ ਕੇ ਇਸ ਵੇਲੇ ਦਿਲਜੀਤ ਲੱਗੇ ਹੋਏ ਨੇ ਇਸ ਫਿਲਮ ਲਈ ਅਨਬਲੀਵੇਬਲ ਬੰਦਾ ਹੀ ਬੰਦੇ ਦੇ ਕੰਮ ਆਊਗਾ ਐਗਜੈਕਟਲੀ ਪੈਸਾ ਨਹੀਂ ਆਉਣਾ ਇਹ ਬਹੁਤ ਵੱਡੀ ਸੱਚਾਈ ਹੈ Thank you so much, the producer of Punjabi Cinema and Rhythm Boys Entertainment, the owner, Karaj Gill. ਇੱਕ ਹੋਰ ਚੀਜ਼ ਆ ਵੈਸੇ ਮੇਰੇ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਇਹ ਚੀਜ਼ ਬੜੀ ਸਟਿੱਕ ਹੈਗੀ ਆ ਕਿ ਅਸੀਂ ਕਿਸੇ ਨੂੰ ਸਰ ਮੈਮ ਨਹੀਂ ਕਹਿੰਦੇ ਬਟ ਤੁਹਾਡਾ ਨਾ ਮੇਰੇ ਨਾਲ ਇੱਕ ਜਨਤਕ ਹੋ ਗਿਆ ਕਿ ਜਦ ਕਾਰਜ ਆਉਂਦਾ ਤਾਂ ਨਾਲ ਭਾਜੀ ਆ ਜਾਂਦਾ ਜਿਹੜਾ ਮਤਲਬ ਨਹੀਂ ਵੀ ਕਹਿੰਦਾ ਈਵਨ ਮੈਂ ਕਰੂ ਜਦੋਂ ਸੀਗਾ ਤਾਂ ਕਾਰਜ ਭਾਜੀ ਹੋ ਗਿਆ ਗਿੱਲ ਨਹੀਂ ਹੋਇਆ ਸੋ ਐਵਰੀਬਡੀ ਕਾਲਡ ਯੂ ਦੈਟ ਕਾਰਜ ਭਾਜੀ ਸੋ ਯੂ ਟੇਕ ਇਟ ਐ ਕੰਪਲੀਮੈਂਟ ਜਾਂ ਫਿਰ ਕਈ ਵਾਰ ਹੁੰਦਾ ਕਿ ਮੈਨੂੰ ਭਾਜੀ ਨਾ ਕਾਫੀ ਸਾਰੇ ਲੋਕਾਂ ਨੂੰ ਹੁੰਦਾ ਕਿ ਨਹੀਂ ਮੈਨੂੰ ਨਹੀਂ ਨਹੀਂ ਯਸ ਮੇਰੇ ਵਾਸਤੇ ਆ ਗੱਲ ਅੱਜ ਪਤਾ ਲੱਗੀ ਹੈ ਨਹੀਂ ਇਹ ਸੱਚਲੀ ਆ ਇਹ ਵੀ ਹੋ ਗਿਆ ਸੀਗਾ ਕਿ ਅਮਰਿੰਦਰ ਭਾਜੀ ਵੀ ਸੀਗਾ ਸ਼ੁਕਰ ਮੈਂ ਅਮਰਿੰਦਰ ਭਾਜੀ ਨਹੀਂ ਕਹਿਣਾ ਸ਼ੁਰੂ ਕੀਤਾ ਮੇਰੇ ਕੋ ਵੀ ਵਕਤ ਮੈਨੂੰ ਲੱਗਦਾ ਸੀ ਆ ਜਾਣਾ ਕਿ ਮੈਂ ਅਮਰਿੰਦਰ ਨਾਲ ਭਾਜੀ ਸਭ ਚੁੰਦੀ ਰਹਿੰਦੀ ਤੇ ਮੈਂ ਕਿਤੇ ਅਮਰਿੰਦਰ ਭਾਜੀ ਨਾ ਕਹਿਣ ਲੱਗ ਪਵਾਂ ਬਟ ਇਹ ਕਾਰਜ ਭਾਜੀ ਇਜ਼ ਐਵਰੀਵੇਅਰ ਆਈ ਥਿੰਕ ਆਈ ਐਮ ਬlesed ਕਿ ਜੇ ਕੋਈ ਸਾਰੇ ਜਣੇ ਇਦਾਂ ਸੋਚਦੇ ਆ ਮੇਰੇ ਬਾਰੇ ਤੇ ਫਿਰ ਇਹ ਤਾਂ ਬਹੁਤ ਵਧੀਆ ਗੱਲ ਨਹੀਂ ਇਹ ਫੈਕਟ ਹੈ ਮੇਰੇ ਵਾਸਤੇ ਗਿੱਲ ਹੋਣਾ ਉਹਨਾਂ ਜ਼ਿਆਦਾ ਮੈਨੇ ਨਹੀਂ ਦਿਖਾਉਂਦਾ ਜੇ ਸਾਰਿਆਂ ਵਾਸਤੇ ਮੈਨੂੰ ਅਗਰ ਕੁਝ ਹੋਰ ਉਹਦਾ ਦੇ ਰਹੇ ਆਪਣੇ ਵੱਲੋਂ ਭਾਜੀ ਕਹਿ ਰਹੇ ਤੇ ਜ਼ਿਆਦਾ ਬੈਟਰ ਹੈ ਓਕੇ ਔਨ ਵਾਟ ਬੇਸਿਸ ਜੇ ਕੋਈ ਚਾਹੁੰਦਾ ਹੋਵੇ ਬਿਕਾਜ਼ ਆਲਮੋਸਟ ਐਵਰੀਬਾਡੀ ਵਾਂਟ ਟੂ ਬੀ ਪਾਰਟ ਆਫ ਰਿਦਮ ਬੋਇਜ਼ ਸੋ ਰਿਦਮ ਬੋਇਜ਼ ਨਾਲ ਅਗਰ ਕਿਸੇ ਨੇ ਕੰਮ ਕਰਨਾ ਹੈ ਹਾਊ ਦੇ ਕੈਨ ਬੀ ਪਾਰਟ ਆਫ ਦੈਟ ਹੁਣ ਤੱਕ ਵੀ ਜਿੰਨੇ ਵੀ ਰਿਦਮ ਬੋਇਜ਼ ਨਾਲ ਜਿੰਨਾ ਬੰਦੇ ਨੇ ਕੰਮ ਕੀਤਾ ਜਾਂ ਜਿਹੜੇ ਤੁਸੀਂ ਕਹਿੰਦੇ ਕਿ ਰਿਪੀਟ ਹੋਏ ਆ ਜਾਂ ਜਿਹੜੇ ਆਰਟਿਸਟ ਸਾਡੇ ਨਾਲ ਪੱਕੇ ਆ ਸਾਡਾ ਉਹਨਾਂ ਦਾ ਰਿਸ਼ਤਾ ਜਿਹੜਾ ਵਾ ਉਹ ਆਰਟਿਸਟ ਜਾਂ ਉਹ ਪ੍ਰੋਡਕਸ਼ਨ ਕੰਪਨੀ ਵਾਲਾ ਨਹੀਂ ਆ ਔਰ ਇਹ ਸੱਚਾਈ ਹੈ ਇਹ ਮੈਂ ਸਿਰਫ ਇੰਟਰਵਿਊ ਵਿੱਚ ਗੱਲ ਕਰਨ ਵਾਲੀ ਕਰਨੀ ਆ ਨਹੀਂ ਕਰ ਰਿਹਾ ਉਹ ਸਾਡੀ ਫੈਮਿਲੀ ਆ ਤੇ ਉਹਦੇ ਵਿੱਚ ਆਉਣ ਦਾ ਕੋਈ ਇੱਦਾਂ ਦਾ ਉਹ ਨਹੀਂ ਹੈ ਕ੍ਰਾਈਟੀਰੀਆ ਕੋਈ ਇੱਦਾਂ ਦਾ ਨਹੀਂ ਹੈਗਾ ਕਿ ਆਹ ਬੰਦਾ ਨਹੀਂ ਐਂਟਰ ਕਰ ਸਕਦਾ ਆਹ ਬੰਦਾ ਨਹੀਂ ਕਰ ਸਕਦਾ ਕੋਈ ਵੀ ਕ੍ਰੀਏਟਿਵ ਬੰਦਾ ਅਤੇ ਆਪਣੇ ਕੰਮ ਨੂੰ ਲੈ ਕੇ ਓਨੈਸਟ ਬੰਦਾ ਉਹਦੇ ਵਾਸਤੇ ਆਲਵੇਜ ਦਰਵਾਜ਼ੇ ਖੁੱਲ੍ਹੇ ਆ ਮੈਨੂੰ ਲੱਗਦਾ ਫਿਰ ਤਾਂ ਔਖਾ ਕੰਮ ਹੈ ਲੋਕਾਂ ਲਈ ਫਿਲਹਾਲ ਇਕੱਠੇ ਦੋਨੋਂ ਚੀਜ਼ਾਂ ਆਉਣਾ ਟੇਬਲ 'ਤੇ ਆਉਣਾ ਬਹੁਤ ਜ਼ਿਆਦਾ ਔਖਾ ਹੋ ਜਾਏਗਾ ਜਿਹੜਾ ਤੁਹਾਡਾ ਪ੍ਰੋਡਿਊਸਰ ਦਾ ਮਤਲਬ ਬਾਕੀ ਸਾਰੇ ਡਿਪਾਰਟਮੈਂਟ ਪੈਸ਼ਨਲੀ ਕੰਮ ਕਰ ਲੈਂਦੇ ਇੱਕ ਪ੍ਰੋਡਿਊਸਰ ਐਸਾ ਡਿਪਾਰਟਮੈਂਟ ਹੁੰਦਾ ਜਿਹਨੂੰ ਪ੍ਰੋਫੈਸ਼ਨਲੀ ਕੰਮ ਕਰਨਾ ਪੈਂਦਾ ਤਾਂ ਜੋ ਲਾਇਆ ਪੈਸਾ ਮੁੜ ਕੇ ਵਾਪਸ ਆਵੇ 2015 ਜਿਹੜੀ ਆਪਾਂ ਫਿਲਮ ਦੀ ਸ਼ੁਰੂਆਤ ਗੱਲ ਕਰਦੇ ਹਾਂ ਉਸ ਫਿਲਮ ਦੀ ਕਾਸਟਿੰਗ ਓਬਵੀਅਸਲੀ ਕਾਸਟਿੰਗ ਸਿਸਟਮ ਤੁਹਾਡੇ ਪੰਜਾਬ 'ਚ ਬਹੁਤ ਘੱਟ ਆ ਉਸ ਫਿਲਮ ਦੀ ਕਾਸਟਿੰਗ ਕਿਸ ਬੇਸਿਸ 'ਤੇ ਕੀਤੀ ਗਈ ਸੀਗੀ ਤਾਂ ਜੋ ਉਹ ਫਿਲਮ ਆਪਣੇ ਆਪ ਦੇ ਵਿੱਚ ਕਾਫੀ ਬੜੀ ਫਿਲਮ ਔਰ ਉਸ ਫਿਲਮ ਦੇ ਰੈਪਲਿਕਾਸ ਬੜੇ ਅਲੱਗ ਪਏ ਹਲੇ ਤੱਕ ਮਤਲਬ ਇੰਨੇ ਸਾਲਾਂ ਬਾਅਦ ਵੀ ਲੋਕ ਪਿੰਡਾਂ ਤੋਂ ਬਾਹਰ ਆਉਂਦੇ ਹੀ ਨਹੀਂ ਪਏ ਮੈਨੂੰ ਲੱਗਦਾ ਉਦੋਂ ਦਾ ਟੀਮ ਵਰਕ ਸੀਗਾ ਇੱਕ ਜਿਹੜਾ ਉਹ ਸਾਰਿਆਂ ਦੀ ਨਾ ਇੱਕ ਥੋਟ ਪ੍ਰੋਸੈਸ ਸੀਗਾ ਇੱਕ ਪਲੇਟਫਾਰਮ 'ਤੇ ਸੀਗੇ ਸਾਰੇ ਕਿ ਫਿਲਮ ਨੂੰ ਕਨਸੀਵ ਕਰਨ ਦੇ ਵਿੱਚ ਜਦੋਂ ਕੀਤਾ ਕਿ ਇਹ ਫਿਲਮ ਥੋੜ੍ਹੀ ਡਿਫਰੈਂਟ ਹੋਊਗੀ ਇਹਦੇ ਵਿੱਚ ਰੈਗੂਲਰ ਜਿਹੜੇ ਆਮ ਰੂਟੀਨ ਵਾਲੇ ਫੇਸ ਨੇ ਉਹ ਨਹੀਂ ਹੋਣਗੇ ਠੀਕ ਹੈ ਰੂਟੀਨ ਵਾਲੇ ਫੇਸ ਨਹੀਂ ਹੋਣਗੇ ਪਲੱਸ ਜਾਂ ਉਹ ਫੇਸ ਹੋਣਗੇ ਜਿਹੜੇ ਫੇਸ ਆਪਣੇ ਟਾਈਮ ਦੇ ਉੱਪਰ ਜਿਵੇਂ ਮੈਂ ਸਪੈਸ਼ਲੀ ਲਾ ਲੂੰਗਾ ਉਸ ਫਿਲਮ ਤੋਂ ਪਹਿਲਾਂ ਨਿਰਮਲ ਰਿਸ਼ੀ ਜੀ ਸੀਗੇ ਆਪਣੇ ਟਾਈਮ ਦੇ ਉੱਪਰ ਇੱਕ ਬਹੁਤ ਵਧੀਆ ਕੰਮ ਕਰਕੇ ਐਂਡ ਬਹੁਤ ਵਧੀਆ ਐਕਟਿੰਗ ਬਹੁਤ ਮੰਜੇ ਹੋਏ ਹੈਗੇ ਨੇ ਆਰਟਿਸਟ ਨੇ ਉਹ ਪਰ ਉਦੋਂ ਥੋੜ੍ਹੇ ਜਿਹੇ ਉਹ ਇੱਕ ਮਾਹੌਲ ਇੱਦਾਂ ਦਾ ਫਿਲਮਾਂ ਦਾ ਹੈਗਾ ਕਿ ਉਹ ਥੋੜ੍ਹੇ ਜਿਹੇ ਸ਼ਾਂਤ ਸੀਗੇ ਆਪਣੀ ਜਗ੍ਹਾ 'ਤੇ ਈਵਨ ਸਰਦਾਰ ਸੋਹੀ ਸਾਹਿਬ ਤੋ ਇਸ ਕਰਕੇ ਸਾਨੂੰ ਉਹ ਕਰੈਕਟਰ ਚਾਹੀਦੇ ਜਿਹੜੇ ਲੋਕਾਂ ਨੂੰ ਇਹ ਨਾ ਲੱਗੇ ਕਿ ਇਹ ਫਿਲਮ ਆਮ ਫਿਲਮ ਹੈ ਰੂਟੀਨ ਦੀ ਫਿਲਮ ਹੈ ਔਰ ਰੀਅਲ ਲੱਗਣ ਕਰੈਕਟਰ ਕਿ ਕੁਛ ਕਰੈਕਟਰ ਇੱਦਾਂ ਲੋਕ ਇੰਨਾ ਜ਼ਿਆਦਾ ਵੇਖ ਵੇਖ ਕੇ ਲੱਗਣ ਲੱਗ ਕੇ ਪੈਂਦੇ ਕਿ ਉਹ ਕੋਈ ਵੀ ਗੱਲ ਕਰਨ ਲੱਗਣਾ ਕਿ ਹਾਂ ਇਹ ਉਹੀ ਆ ਯਾਰ ਇਹ ਪਿਛਲੀ ਫਿਲਮ ਵਾਲੀ ਆ ਰਾਈਟ ਉਹ ਨਵੇਂ ਵਾਲੇ ਸੀਗੇ ਅਤੇ ਇਸ ਬਿਹਾਵ 'ਤੇ ਕੀਤੀ ਸੀ ਕਿ ਥੋੜ੍ਹਾ ਜ਼ਿਆਦਾ ਰੀਅਲ ਜ਼ਿਆਦਾ ਡਿਫਰੈਂਟ ਜ਼ਿਆਦਾ ਵੱਖਰੀ ਕਿਉਂਕਿ ਉਹ ਗੱਲ ਹੀ ਵੱਖਰੀ ਸੀ ਸਾਰੀ ਜਿਨ੍ਹਾਂ ਦਿਨਾਂ ਦੇ ਵਿੱਚ ਲੋਕ ਫੋਰਨ ਜਾ ਜਾ ਕੇ ਫਿਲਮਾਂ ਕਰ ਰਹੇ ਸੀ ਵੱਡੀਆਂ ਫਿਲਮਾਂ ਬਣ ਰਹੀਆਂ ਸੀ ਮਤਲਬ ਹੈਲੀਪੈਡ ਲੈ ਕੇ ਹੈਲੀਕਾਪਟਰ ਲੈ ਕੇ ਲੋਕ ਸ਼ੂਟ ਕਰ ਰਹੇ ਉਹਨਾਂ ਦਿਨਾਂ ਦੇ ਵਿੱਚ ਉਹ ਫਿਲਮ ਸ਼ੂਟ ਕਰਨੀ ਜਿਨ੍ਹਾਂ ਦੇ ਸਪੈਸ਼ਲੀ ਇਹ ਵੀ ਕਿਹਾ ਗਿਆ ਸੀ ਕਿ ਕੱਪੜੇ 'ਤੇ ਪ੍ਰੈਸ ਵੀ ਨਹੀਂ ਹੋਣੀ ਚਾਹੀਦੀ ਕੱਪੜਾ ਕੋਈ ਪ੍ਰੈਸ ਹੋਇਆ ਨਹੀਂ ਪਾਊਗਾ ਕੋਈ ਰਾਈਟ ਕਲਰ ਟੋਨ ਜਿਹੜੀ ਆ ਉਹ ਆਹ ਹੀ ਹੋਏਗੀ ਉਹਦੇ ਵਿੱਚ ਆਹ ਕਲਰ ਨਹੀਂ ਹੋਊਗਾ ਪੂਰੀ ਫਿਲਮ 'ਚ ਕਲਰ ਨਹੀਂ ਹੋਊਗਾ ਕਿਤੇ ਵੀ ਉਹ ਆ ਜਾਂਦਾ ਹੈ ਸਾਹਮਣੇ ਤਾਂ ਉਹਨੂੰ ਹਟਾ ਦਿੱਤਾ ਜਾਂਦਾ ਹੈ ਪ੍ਰੋਪਰ ਸਾਰਾ ਕੰਮ ਕੀਤਾ ਉਹਨਾਂ ਦਿਨਾਂ ਦੇ ਵਿੱਚ ਉਹ ਫਿਲਮ ਆਪਣੇ ਆਪ 'ਚ ਵੱਖਰੀ ਸੀਗੀ ਔਰ ਸ਼ਾਇਦ ਵੱਖਰੀ ਹੀ ਇਸੇ ਕਰਕੇ ਉਹ ਅੱਜ ਪੰਜਾਬੀ ਮਿਲਦਾ ਹਿਸਟਰੀ ਫਿਲਮ ਹਿਸਟਰੀ ਦੇ ਵਿੱਚ ਇੱਕ ਆਪਣੀ ਥਾਂ ਬਣਾ ਕੇ ਬੈਠੀ ਤੁਸੀਂ ਇਹ ਗੱਲ ਬੋਲੀ ਕਿ ਉਹਨਾਂ ਦਿਨਾਂ 'ਚ ਲੋਕ ਬਾਹਰ ਜਾਂਦੇ ਸੀਗੇ
ਫਿਲਮ ਬਣਾਉਂਦੇ ਸੀ। ਹੁਣ ਤੁਸੀਂ ਲੋਕ ਬਾਹਰ ਚਲੇ ਗਏ, ਮੁੜ ਕੇ ਨਹੀਂ ਆਉਂਦੇ, ਤੁਹਾਡੇ ਸਾਰੀ ਫਿਲਮਾਂ ਬਾਹਰ ਹੁੰਦੀਆਂ ਨੇ, ਸਾਰੇ ਕੈਰੈਕਟਰਸ ਕਹਾਣੀਆਂ, ਮਤਲਬ ਉਹ ਜਦੋਂ ਉਹ ਲੋਕ ਬਾਹਰ ਸੀ ਤੁਸੀਂ ਇੱਥੇ ਫਿਲਮ ਬਣਾਈ, ਹੁਣ ਇੱਥੇ ਉਹ ਸਾਰੇ ਮੁੜ ਕੇ ਇੱਥੇ ਆ ਗਏ ਨੇ। ਦੇ ਆਰ ਮੇਕਿੰਗ ਬੈਕ ਟੂ ਬੈਕ ਪੁਰਾਣੀਆਂ ਸਟੋਰੀਜ਼, ਲੱਲਾ ਭੱਬਾ ਜਿਹੜਾ ਵੀ ਚੱਲਦਾ ਪਿਆ। ਹੁਣ ਤੁਸੀਂ ਬਾਹਰ ਚਲ ਗਏ, ਤੁਸੀਂ ਮੁੜ ਕੇ ਨਹੀਂ ਆਉਂਦੇ ਹੋ, ਆਲ ਓਵਰ ਸਾਡੇ ਕਿੰਨੇ ਕੰਟੀਨੈਂਟ ਰਹਿ ਗਏ ਹੋਣੇ, ਮਤਲਬ ਆਸਟ੍ਰੇਲੀਆ ਰਹਿ ਗਿਆ ਤੁਹਾਡਾ, ਤੁਹਾਡਾ ਇੰਗਲੈਂਡ ਹੋ ਗਿਆ, ਕੈਨੇਡਾ ਹੋ ਗਿਆ ਤੁਹਾਡਾ, ਤੇ ਪਾਕਿਸਤਾਨ ਨੂੰ ਤੁਸੀਂ ਕਵਰ ਕਰ ਰਹੇ ਹੋ, ਇੰਡੀਆ ਚੱਲਦਾ ਪਿਆ ਸੀ, ਥੱਲੇ ਤਾਂ ਮੈਨੂੰ ਲੱਗਦਾ ਦੋ ਰਹਿ ਗਏ, ਅੰਟਾਰਟਿਕਾ ਜਾ ਨਹੀਂ ਸਕਦੇ ਆਪਾਂ, ਆਸਟ੍ਰੇਲੀਆ ਰਹਿ ਗਿਆ ਤੁਹਾਡਾ। ਨਹੀਂ ਮੈਨੂੰ ਲੱਗਦਾ ਹੁਣ ਜਿਹੜੀਆਂ ਅਗਲੀਆਂ ਇੱਕ ਦੋ ਫਿਲਮਾਂ ਆ ਰਹੀਆਂ ਉਹ ਇੰਡੀਆ ਹੀ ਆ। ਜੋੜੀ ਜੋ ਕਿ ਬਹੁਤ ਜ਼ਿਆਦਾ, ਇਹ ਵੀ ਕਿਹਾ ਜਾਂਦਾ ਸੀਗਾ ਕਿ, ਔਰ ਕੋਈ ਵੀ ਮੇਰਾ ਸਵਾਲ ਜਿਹੜਾ ਉਹ ਕੰਟਰੋਵਰਸੀ ਦੇ ਨਾਲ ਰਿਲੇਟਡ ਨਹੀਂ ਆ, ਇਟਸ ਆਲ ਅਬਾਊਟ ਜਿਹੜੀ ਨੈਕਸਟ ਜਨਰੇਸ਼ਨ ਸਿਨੇਮਾ ਦੇ ਵਿੱਚ ਸਟੈਪ ਇਨ ਕਰਨ ਵਾਲੀ ਆ। ਸੋ ਜਦੋਂ ਛੜਾ ਆਈ ਤੇ ਇਹ ਸਭ ਲੋਕ ਦੇ ਮਾਈਂਡ ਵਿੱਚ ਸੀਗਾ ਕਿ ਸ਼ਾਇਦ ਆਫਟਰ ਛੜਾ ਸਕਸੈਸ, ਅਗਰ ਛੜਾ ਨਹੀਂ ਹੁੰਦੀ ਦੈਨ ਦਿਲਜੀਤ ਸੈਡ ਯੈਸ ਟੂ ਦ ਨੈਕਸਟ ਪ੍ਰੋਜੈਕਟ ਜੋੜੀ, ਅਗਰ ਉਹ ਚੱਲ ਗਈ ਤਾਂ ਸ਼ਾਇਦ ਉਹ ਮਨਾ ਕਰਦੇ। ਉਸ ਸਮੇਂ ਕੋਈ ਚੇਂਜਸ ਹੋਏ ਕਿ ਹੀ ਇਜ਼ ਲਾਈਕ ਓਕੇ? ਯੈਸ, ਵਟ ਇਟ ਇਜ਼? ਉਹ ਹੋਰ ਜ਼ਿਆਦਾ ਪੈਸ਼ਨ ਨਾਲ ਆ ਗਿਆ, ਹੋਰ ਜ਼ਿਆਦਾ ਮਤਲਬ ਡੈਡੀਕੇਟਡ ਹੋ ਗਏ। ਓਕੇ, ਔਰ ਇਹ ਗੱਲ ਸੱਚ ਆ ਕਿ ਅਸੀਂ ਵੀ ਹੈਰਾਨ ਸੀਗੇ, ਕਿਉਂਕਿ ਸਮਟਾਈਮ ਜਦੋਂ ਤੁਸੀਂ ਕਿਸੇ, ਕਿਉਂਕਿ ਅਸੀਂ ਇਸ ਤੋਂ ਪਹਿਲਾਂ ਦਿਲਜੀਤ ਹੁਣਾਂ ਨਾਲ ਕਦੇ ਕੰਮ ਨਹੀਂ ਕੀਤਾ, ਰਾਈਟ? ਮੈਨੂੰ ਲੱਗਦਾ ਕਿ ਜਿੰਨਾ ਪੈਸ਼ਨ ਅਤੇ ਜਿੰਨੀ ਮਤਲਬ ਇਨ ਹੋ ਕੇ ਇਸ ਵੇਲੇ ਦਿਲਜੀਤ ਲੱਗੇ ਹੋਏ ਨੇ ਇਸ ਫਿਲਮ ਲਈ, ਅਨਬਿਲੀਵੇਬਲ, ਸੀਰੀਅਸਲੀ। ਮਤਲਬ ਇਹ ਤਾਂ ਬਹੁਤ ਪੋਜ਼ਿਟਿਵ ਚੀਜ਼ ਹੈ, ਬਿਕਾਜ਼ ਵੀ ਆਲ ਥੌਟ ਆਫ ਕਿ ਸ਼ਾਇਦ ਉਹ ਮੂਵ ਆਊਟ ਕਰ ਜਾ, ਬਹੁਤ ਪੋਜ਼ਿਟਿਵਲੀ, ਬਹੁਤ ਜ਼ਿਆਦਾ ਪੋਜ਼ਿਟਿਵਲੀ। ਔਰ ਕੁਛ ਚੀਜ਼ਾਂ ਇਕਨੋਮਿਕਸ ਵਾਈਜ਼ ਹੁੰਦੀਆਂ, ਇਹ ਵੋ, ਮੈਂ ਸੁਣਿਆ ਕੁਛ ਹੋਰ ਸੀਗਾ ਉਹਨਾਂ ਬਾਰੇ, ਹੀ ਇਜ਼ ਟੋਟਲੀ ਡਿਫਰੈਂਟ, ਟੋਟਲੀ ਡਿਫਰੈਂਟ, ਕਿਸੇ ਵੀ ਇੱਕ ਸਿੰਗਲ ਚੀਜ਼ ਉੱਤੇ ਵੀ ਕੋਈ ਕੁਐਸਚਨ ਨਹੀਂ ਆ। ਓਕੇ, ਨੋਟ ਈਵਨ ਸਿੰਗਲ ਚੀਜ਼। ਓਕੇ, ਮਤਲਬ ਉਹਨਾਂ ਵਾਸਤੇ ਫਿਲਮ ਜਿਹੜੀ ਆ ਉਹੀ ਸਭ ਤੋਂ ਉੱਪਰ ਹੈ। ਜੋੜੀ ਜਿਹੜੀ ਮੁੰਡੇ ਕੁੜੀ ਵਾਲੀ ਜੋੜੀ, ਮੁੰਡੇ ਕੁੜੀ ਦੀ ਉਹ ਵਾਲੀ ਫਿਲਮ ਹੈ। ਸੋ ਕੋਈ ਫਿਲਮ ਜੋ ਤੁਹਾਨੂੰ ਐਜ਼ ਕੋਈ ਇੱਕ ਜਸਟ ਅ ਸਿਨੇਮਾ ਲਵਰ, ਤੁਹਾਨੂੰ ਕੋਈ ਫਿਲਮ ਬਹੁਤ ਪਸੰਦ ਹੈ ਅਪਾਰਟ ਆਫ ਯੋਰ ਫਿਲਮਸ, ਭਾਵੇਂ ਕਿਸੇ ਵੀ ਸਿਨੇਮਾ ਹੋਵੇ, ਕੋਈ ਵੀ ਤਰ੍ਹਾਂ ਦਾ ਤਰੀਕੇ ਦਾ ਸਿਨੇਮਾ ਹੋਵੇ? ਮੇਰੇ ਮਸਲੇ 'ਚ ਨਾ ਥੋੜ੍ਹਾ ਜਿਹਾ ਮੈਂ ਉਹ ਹਾਂ, ਮੈਨੂੰ ਸਾਰੇ ਕਹਿੰਦੇ ਵੀ ਹੈ ਕਿ ਡਬਲ ਮਾਈਂਡਡ ਹੋਣ ਵਾਲਾ ਰਹਿਣ ਵਾਲਾ ਬੰਦਾ ਨਹੀਂ ਹੁੰਦਾ ਜਿਹੜਾ ਕਿ ਜਿਹਨੂੰ ਪਤਾ ਨਹੀਂ ਲੱਗਦਾ। ਮੇਰਾ ਕੋਈ, ਜੇ ਤੁਹਾਨੂੰ ਪਤਾ ਨਹੀਂ ਲੱਗਦਾ, ਮੈਂ ਸੋਚਦੀ ਫਿਰ ਜੇ ਪਤਾ ਨਾ ਲੱਗਣ ਤੇ ਇੰਨਾ ਕੁਝ ਹੋ ਗਿਆ, ਜੇ ਪਤਾ ਲੱਗੇ ਫਿਰ ਕੀ ਹੋਊਗਾ? ਫਿਰ ਮੈਨੂੰ ਲੱਗਦਾ ਮੈਂ ਸ਼ਾਇਦ ਹੋ ਸਕਦਾ ਜ਼ਿਆਦਾ ਸਿਆਣਾ ਹੋ ਜਾਂਦਾ। ਅੱਛਾ, ਜਿੱਥੇ ਸਿਆਣਾ ਪਾ ਜਾਂਦੀ ਉੱਥੇ ਫਿਰ ਕੰਮ ਨਹੀਂ ਹੁੰਦੇ। ਓਕੇ, ਹਾਂ ਇਹ ਵੀ ਗੱਲ ਹੈਗੀ, ਕੋਈ ਔਖਾ ਆ ਸਾਹਿਬ, ਔਖਾ ਵਾ ਸਾਹਿਬ, ਬਹੁਤ ਜ਼ਿਆਦਾ ਹੀ ਔਖਾ। ਮੁੜ ਕੇ ਤੁਹਾਡੀ ਫਿਲਮ ਤੇ ਇਹ ਰਹਿਣੀ ਦਵਾਂ, ਮੈਂ ਤਾਂ ਇਹ ਕੁਐਸਚਨਸ ਰੱਖਤੇ, ਇੱਕ ਮੈਨੂੰ ਲੱਗ ਰਿਹਾ ਜੋ ਮੈਂ ਪੁੱਛਣਾ ਹੈ ਉਹਦੇ ਘੁੰਮ ਫਿਰ ਕੇ ਇੱਕੋ ਲਾਈਨ 'ਚ ਆਨਸਰ ਨਹੀਂ, ਤਾਂ ਮੈਂ ਕਿਹਾ ਉਹ ਗੱਲ ਫਿਰ ਰਹਿਣ ਦਿੰਦੇ ਹਾਂ, ਬੀਟ ਕੈਜੂਅਲ। ਤੁਹਾਡੀ ਫਿਲਮਾਂ ਦੇ ਵਿੱਚ ਇੱਕ ਸਭ ਤੋਂ ਚੀਜ਼ ਮੈਨੂੰ ਵਧੀਆ ਲੱਗਦੀ ਹੈ ਕਿ ਜਿਵੇਂ ਅਗਰ ਮਾਂ ਬਾਪ ਸੈਪਰੇਟ ਹੁੰਦੇ ਆ ਤਾਂ ਨਿਆਣੇ 'ਤੇ ਕੀ ਅਸਰ ਪੈਂਦਾ ਆ, ਦੈਟਸ ਲਵ ਪੰਜਾਬ। ਉਸ ਤੋਂ ਪਹਿਲਾਂ ਸੀਗਾ ਕਿ ਪਾਰਟੀਸ਼ਨ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਉਹ ਦਿਖਾਇਆ, ਰੀਸੈਂਟਲੀ ਦਿਖਾਇਆ ਕਿ ਜਿਹੜੇ ਬਾਹਰ ਦੇ ਲੋਕ ਉਹ ਕਿਵੇਂ ਸਫ਼ਰ ਕਰਦੇ ਆ, ਜਾਂ ਰਿਦਮ ਵੋਇਸ ਕੀ ਸੋਚ ਕੇ ਕੋਈ ਵੀ ਸਟੋਰੀ ਨੂੰ ਆਪਟ ਕਰਦਾ, ਸਿਰਫ ਕਮਰਸ਼ੀਅਲ ਪਰਪਸ 'ਤੇ ਹੁੰਦੀ ਆ ਜਾਂ ਫਿਰ ਰਿਸ਼ਤਿਆਂ ਦੇ ਉੱਤੇ ਹੁੰਦੀ। ਕਈ ਵਾਰ ਹੁੰਦਾ ਕਿ ਸਿਰਫ ਐਕਸ਼ਨ ਫਿਲਮਾਂ ਬਣਾਉਂਦੇ ਨੇ, ਕਈ ਵਾਰ ਲੋਕ ਹੁੰਦੇ ਕਿ ਸਿਰਫ ਇਹ ਸੋਚਦੇ ਨੇ ਕਿ ਕੁਛ ਵੀ ਬਣਾ ਲਈਏ ਪੈਸਾ ਮੁੜ ਕੇ ਆਉਣਾ ਚਾਹੀਦਾ। ਫਸਟ ਆਫ ਆਲ ਤੇ ਸਾਡੀ ਟੀਮ ਹੈ ਜਿਹੜੀ, ਉਹਦੇ ਮਿਆਰ ਤੇ ਠੀਕ ਉਤਰਨੀ ਚਾਹੀਦੀ ਆ, ਰਾਈਟ? ਉਹੀ ਸਟੋਰੀ 'ਤੇ ਅਸੀਂ ਕੰਮ ਕਰਨਾ ਸ਼ੁਰੂ ਕਰਦੇ, ਇਹ ਸੋਚੇ ਬਿਨਾਂ ਕਿ ਯਾਰ ਇਹ ਕਿੰਨਾ ਕੁ ਬਿਜ਼ਨਸ ਕਰੂਗੀ, ਓਨੈਸਟਲੀ ਗੱਲ ਦੱਸ ਰਿਹਾ ਮੈਂ। ਔਰ ਕਦੀ ਵੀ ਅੱਜ ਤੱਕ ਅਸੀਂ ਬਜਟ ਬਣਾ ਕੇ ਫਿਲਮ ਸਟਾਰਟ ਨਹੀਂ ਕੀਤੀ ਕਿ ਯਾਰ ਇਹਨੂੰ ਇੰਨੇ 'ਚ ਖਤਮ ਕਰਨਾ, ਇਹਨੂੰ ਇੰਨੇ 'ਚ ਖਤਮ ਕਰਨਾ, ਇਹਨੂੰ ਇੰਨੇ 'ਚ ਖਤਮ ਕਰਨਾ, ਕਦੀ ਵੀ ਅੱਜ ਤੱਕ। ਕਿਉਂਕਿ ਸਟੋਰੀ 'ਤੇ ਜੋ ਜੋ ਡਿਮਾਂਡ ਹੁੰਦੀ ਹੈ ਬਸ ਉੱਦਾਂ ਚੱਲੀ ਜਾਂਦੀ। ਹੋ ਸਕਦਾ ਕਿਸੇ ਵੇਲੇ ਸਾਡੀ ਉਹ ਜਿਹੜੀ ਡਿਸੀਜ਼ਨ ਆ ਉਹ ਠੀਕ ਹੋ ਜਾਵੇ, ਕਿਸੇ ਵੇਲੇ ਡਿਸੀਜ਼ਨ ਨਾ ਠੀਕ ਹੋਵੇ, ਗਲਤੀਆਂ ਹੁੰਦੀਆਂ ਹੋਣਗੀਆਂ ਹਰ ਫਿਲਮ 'ਚ ਹੁੰਦੀਆਂ, ਰਾਈਟ? ਲਾਸਟ ਫਿਲਮ ਸੀਗੀ ਚੱਲ ਮੇਰਾ ਪੁੱਤ, ਰਾਈਟ? ਮੈਨੂੰ ਬੜਾ ਜਣਿਆਂ ਨੇ ਕਿਹਾ ਦੱਸਿਆ ਯਾਰ ਇਸ ਫਿਲਮ 'ਚ ਕੋਈ ਸਟੋਰੀ ਨਹੀਂ ਇਹਨਾਂ ਦੀ ਕੋਈ, ਹੈ ਨਾ? ਤੁਸੀਂ ਇਹ ਸੋਚ ਕੇ ਬਣਾਈ ਸੀ ਕਿੱਦਾਂ ਆ ਚੱਕਰ ਹੈ? ਹੋ ਸਕਦਾ ਉਹ ਸਾਡੀ ਗਲਤੀ ਹੈ ਕਿ ਅਸੀਂ ਜੋ ਚੀਜ਼ ਕਹਿਣਾ ਚਾਹ ਰਹੇ ਹਾਂ ਉਹ
ਲੋਕਾਂ ਤੱਕ ਕਨਵੇ ਨਹੀਂ ਹੋਈ ਉਹਨਾਂ ਬੰਦੇ ਜਿਹਦਾ ਮੈਨੂੰ ਫੋਨ ਆਇਆ ਹਲੀਕ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਕਾਂ 'ਚ ਉਹ ਮੈਸੇਜ ਕਨਵੇ ਹੋ ਗਿਆ ਜੋ ਅਸੀਂ ਕਹਿਣਾ ਚਾਹ ਰਹੇ ਰਾਈਟ ਜੋ ਮੇਨ ਸਾਡਾ ਮੁੱਦਾ ਸੀਗਾ ਅਸੀਂ ਅਸੀਂ ਕਰਨਾ ਚਾਹੁੰਦੇ ਸੀ ਇਸ ਕਰਕੇ ਉਹ ਅਸੀਂ ਕਦੇ ਕਮਰਸ਼ੀਅਲ ਫਿਲਮ ਵੀ ਬਣਾਵਾਂਗੇ ਮੈਨੂੰ ਲੱਗਦਾ ਉਹਦੇ ਵਿੱਚ ਵੀ ਕੋਈ ਨਾ ਕੋਈ ਮੁੱਦਾ ਤਾਂ ਹੋਊਗਾ ਹੀ ਕਮਰਸ਼ੀਅਲ ਫਿਲਮ ਵੀ ਬਣਾਵਾਂਗੇ ਕਾਰਜਕਾਰਜ ਹੋਗੀ ਆਲਰੇਡੀ ਇੰਨੀ ਆ ਮੈਂ ਇਸ ਮੁੱਦੇ ਤੇ ਨਹੀਂ ਸਿਰਫ ਇਹ ਸੋਚ ਕੇ ਅੱਛਾ ਜੀ ਇਹ ਸੋਚ ਕੇ ਨਹੀਂ ਬਣਾਏਗੇ ਤਾਂ ਸਾਡੇ ਇੰਨੇ ਰਾਊਂਡ ਆਫ ਨੰਬਰਸ ਹੋ ਜਾਂਦੇ ਨਹੀਂ ਕਦੇ ਨਹੀਂ ਸੋਚ ਕੇ ਬਣਾਏਗਾ ਓਕੇ ਹਾਂ ਮਤਲਬ ਮੈਨੂੰ ਲੱਗਦਾ ਕਿ ਫਸਟ ਫਿਲਮ ਤੇ ਲਾਸਟ ਫਿਲਮ ਦੀ ਗੱਲ ਕਰਦਾ ਮੈਂ ਸਪੋਜ਼ ਅੰਗਰੇਜ਼ ਸੀਗੀ ਅੰਗਰੇਜ਼ ਅੱਜ ਸਾਰਿਆਂ ਨੂੰ ਲੱਗਦਾ ਕਿ ਯਾਰ ਹਾਂ ਇਹ ਇੱਕ ਫਾਰਮੂਲਾ ਠੀਕ ਹੈ ਸੋਕੇ ਆਹ ਫਿਲਮ ਕਰੋ ਪਿੰਡਾਂ ਦੀ ਗੱਲ ਗੁੱਲ ਕਰੋ ਠੀਕ ਹੈ ਸੋਕੇ ਉਹਨੀ ਫਿਲਮਾਂ ਚੱਲ ਜਾਂਦੀਆਂ ਮੈਨੂੰ ਮੇਰਾ ਇੱਕ ਫਰੈਂਡ ਹੈ ਆਸਟ੍ਰੇਲੀਆ ਤੋਂ ਜਿਹਦੀ ਅੱਗੇ ਗੱਲ ਕੀਤੀ ਉਹ ਮੈਨੂੰ ਕੋਈ ਤਰੀ ਫਿਲਮ ਹੋਈ ਤਾਂ ਮੈਨੂੰ ਹੁਨਰ ਕਹੂਗਾ ਭਾਜੀ ਅੰਗਰੇਜ਼ ਨੇ ਇੱਕ ਬੱਚਾ ਹੋਰ ਦਿੱਤਾ ਜੇ ਅਤੇ ਅੰਗਰੇਜ਼ ਜਦੋਂ ਫਿਲਮ ਬਣੀ ਸੀ ਜਾਂ ਬਣ ਰਹੀ ਸੀ ਉਸ ਟਾਈਮ ਉੱਪਰ ਤੁਸੀਂ ਜੇ ਸੋਚੋਗੇ ਨਾ ਉਸ ਜਗ੍ਹਾ ਜਾ ਕੇ ਤਾਂ ਉੱਥੇ ਕੋਈ ਇਕਨੋਮਿਕਸ ਕੈਲਕੂਲੇਸ਼ਨ ਨਹੀਂ ਹੋਈ ਉਸ ਟਾਈਮ 'ਤੇ ਇਹ ਸੋਚਣਾ ਵੀ ਬੇਵਕੂਫੀ ਯਾਰ ਆਹ ਫਿਲਮ ਥੋੜ੍ਹਾ ਹੋ ਸਕਦੀ ਹੈ ਇਹ ਲੋਕ ਕਿਉਂ ਵੇਖਣਗੇ ਰਾਈਟ ਉਹ ਤੋਂ ਬਾਅਦ ਮੈਂ ਲਾਸਟ 'ਤੇ ਆ ਦਿੰਦਾ ਇਹ ਰਿਸਕ ਲੈਣ ਲਈ ਕੋਈ ਵੀ ਰੈਡੀ ਨਹੀਂ ਕਿ ਉਹ ਬੰਦੇ ਇੰਡੀਆ ਪੰਜਾਬੀ ਇੰਡਸਟਰੀ 'ਚ ਆ ਸਕਦੇ ਆ ਕਿਉਂਕਿ ਸਾਰਿਆਂ ਨੇ ਇਕਨੋਮਿਕਸ ਸੋਚਦੇ ਆ ਯਾਰ ਫਿਲਮ ਇੰਡੀਆ ਨਾਲ ਰਿਲੀਜ਼ ਹੋਈ ਫਿਰ ਕੀ ਕਰਾਂਗੇ ਸੈਟੇਲਾਈਟ ਪਾਰਟ ਖਤਮ ਹੋ ਗਿਆ ਬਾਕੀ ਚੀਜ਼ਾਂ ਖਤਮ ਹੋ ਗਈਆਂ ਥੀਏਟਰੀਕਲ ਪਾਰਟ ਖਤਮ ਹੋ ਗਿਆ ਮੇਜਰ ਪਾਰਟ ਹੁੰਦਾ ਬਿਜ਼ਨਸ ਦਾ ਰਾਈਟ ਇਸ ਕਰਕੇ ਜੇ ਅਸੀਂ ਇਕਨੋਮਿਕਸ ਸੋਚੀ ਹੁੰਦੀ ਸਿਰਫ ਇਕਨੋਮਿਕਸ ਤਾਂ ਅਸੀਂ ਵੀ ਸੋਚਦੇ ਇਹ ਗੱਲ ਰਾਈਟ ਹੁਣ ਜਦੋਂ ਫਿਲਮ ਰਿਲੀਜ਼ ਹੋ ਗਈ ਹੁਣ ਸਕਦਾ ਹੋ ਸਕਦਾ ਪੂਰੇ ਪ੍ਰੋਡਿਊਸਰ ਉਹਨਾਂ ਦੇ ਪਿੱਛੇ ਪਏ ਹੋਣ ਕਿ ਹਾਂ ਯਾਰ ਆਪ ਤੋਂ ਬਹੁਤ ਬੜੀ ਆਰਟਿਸਟ ਹੋ ਆਪ ਤੋਂ ਮਤਲਬ ਹਮ ਤੋਂ ਆਪਕੋ ਲੈਣਾ ਚਾਹਤੇ ਹਾਂ ਪੈਸਾ ਕੁਛ ਹੈ ਪਰ ਮੈਂ ਅੱਗੇ ਗੱਲ ਵੀ ਕਰਦਾ ਹੁੰਦਾ ਕਿ ਅਸੀਂ ਉਹਨਾਂ ਦੇ ਸਾਰੇ ਪੰਜਾਬੀ ਉਹਨਾਂ ਦੇ ਫੈਨ ਹੈ ਠੀਕ ਹੈ ਪਾਕਿਸਤਾਨ ਸਾਡੀ ਕਦੀ ਗੱਲ ਨਹੀਂ ਹੁੰਦੀ ਸਾਡੇ ਨੋਨ ਨਹੀਂ ਸੀਗੇ ਔਰ ਮੈਨੂੰ ਜਦੋਂ ਉਹਨਾਂ ਦਾ ਕੰਮ ਕੀਤਾ ਮੈਨੂੰ ਉਦੋਂ ਪਤਾ ਲੱਗਾ ਕਿ ਸਾਡੀ ਪੂਰੀ ਇੰਡਸਟਰੀ ਉਹਨਾਂ ਦੇ ਨੋਨ ਸੀ ਆਲਮੋਸਟ ਸਾਰੇ ਮੇਨ ਬੰਦੇ ਨਾਲ ਉਹ ਡੇਲੀ ਗੱਲ ਕਰਦੇ ਆ ਓਕੇ ਸਿਰਫ ਸਾਡੀ ਗੱਲ ਨਹੀਂ ਹੋਈ ਕਦੇ ਬਾਕੀ ਸਾਰੀ ਦੁਨੀਆਂ ਦੀ ਗੱਲ ਹੋਈ ਸੀ ਅਤੇ ਫਿਲਮ ਪਰ ਅਸੀਂ ਕੀਤੀ ਉਹਨਾਂ ਰਾਈਟ ਸੋ ਇਹ ਇਕਨੋਮਿਕਸ ਉਹ ਜਿਹਨਾਂ ਦੀ ਗੱਲ ਹੁੰਦੀਆਂ ਸੀ ਜਿਹਨਾਂ ਦੇ ਅੱਜ ਫੋਨ ਜਾ ਰਹੇ ਆ ਹੈ ਨਾ ਉਹ ਇਕਨੋਮਿਕਸ ਸੋਚਦੇ ਹੋਣਗੇ ਨਾ ਕਿਤੇ ਨਾ ਕਿਤੇ ਅਫਕੋਰਸ ਫਿਰ ਹੀ ਉਹਨਾਂ ਨੇ ਨਹੀਂ ਕੀਤੀ ਨਾ ਕਿ ਯਾਰ ਨਹੀਂ ਰਿਸਕ ਹੈ ਫਿਰ ਇਕਨੋਮਿਕਸ ਵਾਲਾ ਮਸਲਾ ਨਹੀਂ ਸਾਨੂੰ ਲੱਗਾ ਯਾਰ ਇੱਕ ਚੀਜ਼ ਵਧੀਆ ਵਾ ਇਹ ਸੈਟਅਪ ਵਧੀਆ ਵਾ ਇਹ ਬੰਦੇ ਵਧੀਆ ਵਾ ਰਾਈਟ ਇਹ ਇਹਨਾਂ ਦੇ ਥਰੂ ਇੱਕ ਚੀਜ਼ ਕੀਤੀ ਜਾ ਸਕਦੀ ਆ ਮੈਂ ਅੱਗੇ ਵੀ ਗੱਲ ਕਰਦਾ ਸੀ ਸੀ ਇੱਕ ਪੰਜਾਬ ਜਿਹੜਾ ਨਾ ਉਹਦਾ ਨਾ ਇੱਕ ਵੱਖਰੀ ਖਿੱਚ ਹੈ ਪੰਜਾਬ ਮਤਲਬ ਮੈਂ ਪੰਜਾਬ ਨਾਲ ਵੱਖਰੀ ਖਿੱਚ ਦਾ ਮਤਲਬ ਗੱਲ ਇਹ ਕੀਤੀ ਕਿ ਪੰਜਾਬ ਕੰਡਿਆਲੀ ਧਾਰ ਤੋਂ ਪਾਰ ਵੀ ਜਿਹੜਾ ਪੰਜਾਬ ਜਿਹੜਾ ਉਹ ਵੱਖਰੀ ਖਿੱਚ ਹੈ ਉਹ ਸਾਡੇ ਖੂਨ 'ਚ ਆ ਰਾਈਟ ਤਾਂ ਉਹ ਜਿਹੜੇ ਇਕਨੋਮਿਕਸ ਵਾਲੀ ਗੱਲ ਹੈ ਉਹ ਨਹੀਂ ਹੈ ਕੁਛ ਚੀਜ਼ਾਂ ਸਾਨੂੰ ਵੈਸੇ ਵੀ ਕਰਨੀਆਂ ਪੈਂਦੀਆਂ ਕਿ ਕਰਨੀਆਂ ਚਾਹੀਦੀਆਂ ਕਿਤਨਾ ਕਿਤੇ ਤੁਹਾਨੂੰ ਤੁਹਾਡੇ ਕੋਲ ਇੱਕ ਇੱਕ ਪਲੇਟਫਾਰਮ ਹੈਗਾ ਤੁਸੀਂ ਗੱਲ ਕਰ ਸਕਦੇ ਜੇ ਮੈਂ ਕਿਸੇ ਹੋਰ ਫਿਲਮ ਦੇ ਮੰਨ ਲਓ ਗੋਲਕ ਬੁਗਨੀ ਠੀਕ ਹੈ ਉਹ ਗੋਲਕ ਬੁਗਨੀ ਗੱਲ ਕੋਈ ਵੀ ਸੀਗੀ ਪਰ ਮੇਨ ਮੁੱਦਾ ਇਹ ਸੀਗਾ ਬੰਦਾ ਹੀ ਬੰਦੇ ਦੇ ਕੰਮ ਆਊਗਾ ਐਗਜੈਕਟਲੀ ਪੈਸਾ ਨਹੀਂ ਆਉਣਾ ਇਹ ਫੈਕਟ ਬਹੁਤ ਵੱਡੀ ਸੱਚਾਈ ਹੈ ਰਾਈਟ ਹੁਣ ਜਿਹਨਾਂ ਨੂੰ ਸਮਝ ਲੱਗਣੀ ਉਹ ਲੱਗ ਗਈ ਹੋਊਗੀ ਜਿਹਨਾਂ ਨੂੰ ਜਿਹਨਾਂ ਵਾਸਤੇ ਇੰਟਰਟੇਨਮੈਂਟ ਸੀਗੀ ਫਿਲਮ ਉਹ ਹੋ ਗਈ ਲੰਘ ਗਈ ਸਾਡਾ ਜਿੰਨਾ ਫਰਜ਼ ਸੀਗਾ ਅਸੀਂ ਪੂਰਾ ਕਰ ਦਿੱਤਾ ਠੀਕ ਹੈ ਪਰ ਇਹ ਸੱਚਾਈ ਆ ਜਿੱਥੇ ਲੋੜ ਪੈਣੀ ਆ ਨਾ ਜਿੱਥੇ ਬੰਦੇ ਨੇ ਬੰਦੇ ਵਾਸਤੇ ਖਲੋ ਜਾਣਾ ਉੱਥੇ ਪੈਸੇ ਨੇ ਨਹੀਂ ਖਲੋਣਾ ਜਿੱਥੇ ਪੈਸਾ ਤੁਹਾਡੇ ਕੋਲ ਸਿਰਫ ਹੋਇਆ ਬੰਦੇ ਨਾ ਹੋਏ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਤੁਹਾਡੇ ਕੋਲ ਪੈਸਾ ਨਹੀਂ ਤੁਹਾਡੇ ਨਾਲ ਬੰਦੇ ਖੜੇ ਹੋਣਗੇ ਤੁਹਾਨੂੰ ਵੀ ਪ੍ਰੋਬਲਮ ਨਹੀਂ ਆਊਗੀ ਇਹ ਲਿਖ ਲਓ ਜ਼ਿੰਦਗੀ 'ਚ ਮਤਲਬ ਇਹ ਗੱਲ ਹੈਗੀ ਆ ਫੋਰ ਯੂ ਵਾਟ ਇੱਕ ਸਕਸੈਸਫੁਲ ਫਿਲਮ ਕੀ ਹੁੰਦੀ ਆ ਸੀ ਜੇ ਇਕਨੋਮਿਕਸ ਵਾਲੇ ਬੰਦੇ ਅਗੇਨ ਗੱਲ ਕਰੀਏ ਤੇ ਜਿੰਨੇ ਵੱਧ ਬਿਜ਼ਨਸ ਕੀਤਾ ਉਹ ਫਿਲਮ ਵਧੀਆ ਵਾ ਬਟ ਕਈ ਵਾਰ ਬੜੀ ਐਵੇਂ ਜਿਹੀ ਫਿਲਮਾਂ ਵੀ ਲੋਕੀ ਪਸੰਦ ਕਰ ਲੈਂਦੇ ਪਰ ਲੋਕਾਂ ਕਿਉਂਕਿ ਲੋਕਾਂ ਵਾਸਤੇ ਬਣੀਆਂ ਨਾ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਉਹ ਸਦਾ ਮੈਂ ਜਿਸ ਤਰੀਕੇ ਨਾਲ ਸੋਚ ਰਿਹਾ ਮੇਰੀ ਥੋਟ ਗਲਤ ਹੋ ਸਕਦੀ ਆ ਮੈਨੂੰ ਲੱਗਦਾ ਕਿ ਯਾਰ ਮੇਰੇ ਟੇਸਟ ਦੀ ਫਿਲਮ ਨਹੀਂ ਹੈ ਇਟਸ ਓਕੇ ਲੋਕੀ ਵੇਖ ਰਹੇ ਲੋਕਾਂ ਨੂੰ ਠੀਕ ਲੱਗ ਰਿਹਾ ਕਿਉਂਕਿ ਐਂਟਰਟੇਨਮੈਂਟ ਦਾ ਸਾਧਨ ਹੈ ਜਿਹੜੀ ਫਿਲਮ ਚੱਲੀ ਹੈ ਜਿਹੜੀ ਫਿਲਮ ਨੇ ਪੈਸੇ ਕਮਾਏ ਆ ਉਹ ਕਿੱਦਾਂ ਦੀ ਵੀ ਆ ਉਹ ਲੋਕਾਂ ਦੇ ਵਿੱਚ ਹੀ ਪੈਸੇ ਕਮਾਏ ਨਾ ਲੋਕੀ ਵੇਖਣਗੇ ਨਾ ਉਹਨੂੰ ਉਹਨੂੰ ਕੋਈ ਮਾੜਾ ਨਹੀਂ ਕਹਿ ਸਕਦੇ ਉਸ ਦਾ ਮੈਨੂੰ ਨਾ ਚੰਗੀ ਲੱਗਦੀ ਹੋਵੇ ਤੁਹਾਨੂੰ ਨਾ ਚੰਗੀ ਲੱਗਦੀ ਹੋਵੇ ਪਰ ਲੋਕਾਂ ਨੂੰ ਲੱਗੀ ਹੈ ਉਹ ਠੀਕ ਹੈ ਉਹ 'ਤੇ ਕੋਈ ਕੁਐਸਚਨ ਨਹੀਂ ਹੈ ਇਸੇ ਕਰਕੇ ਕਦੇ ਵੀ ਮਤਲਬ ਇਨਵੈਸਟਮੈਂਟ ਪੱਖੋਂ ਅਗਰ ਆਪਾਂ ਗੱਲ ਕਰੀਏ ਕਿ ਆਪਾਂ ਇਕਨੋਮਿਕਸ ਪੱਖੋਂ ਰਿਦਮ ਬੋਇਜ਼ ਉਹਨਾਂ ਦੀ ਟੀਮ ਨਹੀਂ ਗੱਲ ਕਰਦੀ ਇਸੇ ਮੈਂ ਆਈ ਥਿੰਕ ਕਿਤੇ ਰਿਕਾਰਡਸ ਦੇ ਵਿੱਚ ਸੀਗਾ ਕਿ ਇਮਤਿਆਜ਼ ਅਲੀ ਦੀ ਜਬ ਵੀ ਮੈਟ ਅਮਰਿੰਦਰ ਗਿੱਲ ਨੂੰ ਆਫਰ ਹੋਈ ਸੀਗੀ
देर वॉज अ रोल ऑफ मनजीत बहुत छोटा जहा सेगा आई गैस वो शायद उन्होंने ऑफर हुआ सेगा पर उन्होंने मना कर दिया। अनुराग कश्यप की मन मर्जी भी शायद अमरिंदर गिल नूं हुई सी और इस तरह होर भी बहुत सारे स्टूडियोज जो इस टाइम उन्होंने अप्रोच कर रहे हैं बट उन्होंने कभी भी मतलब रिदम बॉयज अगर मैं गल करा तो कभी इनवैसट नहीं करता है और मैंनू तो यह भी लगता आप जो पढ़ते हैं वेखते हैं कि वो होड़ भी नहीं देता अपने ते वट इज़ द रीजन कि आप जो रिदम बॉयज है किसी ने कोलैब नहीं करता। फर्स्ट ऑफ ऑल जो जब वी मैट सी उस टाइम उपर दिलदारियाँ एलबम नवे भी आई उन्होंने बिजी ज्यादा इन्ने से राइट एंड उदो एक करैक्टर जो ना दूसरा वो करैक्टर छोटा नहीं उदो मेन करैक्टर मनजीत दा करैक्टर हाँ वो बड़ा करैक्टर सी सॉन्ग्स भी सी उदो उपर एक दो प्रॉपर एक ट्रायंगल लव स्टोरी सी प्रॉपर वड्डा सी पर उन्होंने दे विच बिजी ही इन्ने से कि लगा नहीं क्योंकि अमरिंदर का एक सुभा इदा एक नेचर है कि लगता है यार इतने 100% नहीं दिता जा सकता तो सिर्फ लालच करके ना चल जाइए no economic factor no लालच ऑफ बॉलीवुड nothing no इसलिए आई थिंक ही इज द ओनली वन मतलब सिर्फ रिदम बॉयज और वो मिला था आगे जो होर आर्टिस्ट ने उन्होंने भी किसी चीज़ लिए कह दो तो दे वाज लाइक नो एंड अब हम लगता है कि ठीक है टैलेंटेड चीज जी होंगी कोई भी होवे टैलेंट आई थिंक उन्होंने कोलैब करना चाहिए व्हाट वी थॉट ऑफ सो ये तो मिला था कि जी कोई वधिया चीज़ आई थिंक हर कोई देखना चाहता है वध तो वध प्रतिभा गल पता की है ये चीज़ें है दौड़ दी ठीक है ये दौड़ जी वो कितने भी खत्म नहीं होंगी फिर राइट तो एक बारी पै गए ना इस रैट रेस जी फिर तुम भजना पैना उस कोई मेरा ट्रैक है यार तुम अपनी मर्जी आराम साइड से चलते रहो और इनडायरेक्टली जो कह तो यह स्टेटमेंट वही है मैं मेरे जो बहस होती मैंने एक गल कर कहता कि हौली हौली तो रह रहे जितने पहुंचना ना सारे ने उत्थे जाके वेख ला कि आप कि पिछे हैं कि आप अगे हैं कि आप ठीक ही हैं फिर कहदी दौड़ है जे इन्ना दौड़ के भी उत्थे जाना तो फिर आराम अपना हिसाब में चलते हैं ना जिवें है and that's the reason ki mera lagge fir main Jayesh Nair kha ke puchha nahi 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 bilkul plan kar rahe hain koi bahut vadhiya story ume di ki je inniya vadhiya cheezan chhaddiyan ha hindi waste te kyunki ਮੈਨੂੰ ਲੱਗਦਾ ਹੁਣ ਨਾ ਪੰਜਾਬੀਆਂ ਵਾਸਤੇ ਹਿੰਦੀ ਚੈਂਟਰ ਕਰਨਾ ਬਹੁਤ ਜ਼ਿਆਦਾ ਵੱਡਾ ਮਸਲਾ ਨਹੀਂ ਕਿਉਂਕਿ ਅਗੇਨ ਇਕਨੋਮਿਕਸ ਦੀ ਗੱਲ ਵੀ ਕਰਦੇ ਹਾਂ ਤੇ ਓਵਰਸੀਜ਼ ਆਪਾਂ ਉਹਨਾਂ ਤੋਂ ਬਹੁਤ ਸਟਰੋਂਗ ਹੈ ਬਹੁਤ ਜ਼ਿਆਦਾ ਇੱਕ ਉਹ ਟੈਰੀਟਰੀ ਇਦਾਂ ਦੀ ਆ ਉਧਰ ਇੱਕ ਨਾਰਥ ਇੰਡੀਆ ਦੀ ਟੈਰੀਟਰੀ ਇਦਾਂ ਦੀ ਆ ਪਲੱਸ ਓਵਰਸੀਜ਼ ਇਦਾਂ ਦੀ ਟੈਰੀਟਰੀ ਆ ਜਿੱਥੇ ਆਪਾਂ ਬਹੁਤ ਮੋਸਟਲੀ ਹਿੰਦੀ ਫਿਲਮਾਂ ਨਾਲੋਂ ਉੱਪਰ ਹੈ ਠੀਕ ਹੈ ਇਸ ਕਰਕੇ ਹਿੰਦੀ ਵਾਲਾ ਜਿਹੜਾ ਹੁਣ ਬਹੁਤ ਹੀ ਨੋਟ ਅ ਬਿਗ ਡੀਲ ਹਨਾ ਕੋਈ ਦਾ ਮਸਲਾ ਨਹੀਂ ਪਰ ਜੇ ਗਏ ਕਿਤੇ ਜੇ ਕਿਤੇ ਗਏ ਤਾਂ ਠੀਕ ਸਬਜੈਕਟ ਹੋਊਗਾ ਜਿੱਥੇ ਜਾਣ ਦਾ ਕੋਈ ਫਾਇਦਾ ਵੀ ਹੋਊਗਾ ਅਦਰਵਾਈਜ਼ ਸਿਰਫ ਇਹ ਸਟੈਂਪਲ ਹੋਣੇ ਮੈਂ ਬੜੀਆਂ ਸਟੈਂਪਸ ਮੈਂ ਕਰਨਾ ਕਿ ਕਰਨ ਤੋਂ ਬਾਅਦ ਕੁਛ ਨਹੀਂ ਬਣਿਆ ਆ ਕੁਛ ਨਹੀਂ ਹੈ ਮਤਲਬ ਹਨਾ ਉਹਦਾ ਕੋਈ ਫਾਇਦਾ ਨਹੀਂ ਹੈ ਸਟੈਂਪ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਰਾਈਟ ਤੇ ਜੇ ਕੰਮ ਠੀਕ ਚੱਲ ਰਿਹਾ ਤਾਂ ਬਸ ਚਲਾਈ ਜਾਓ ਹੌਲੀ ਹੌਲੀ ਵੇਖ ਲਾਂਗੇ ਜੇ ਕੋਈ ਠੀਕ ਸਕ੍ਰਿਪਟ ਆਈ ਤੇ ਇੱਕ ਹੋਰ ਚੀਜ਼ ਹੈ ਕਿ ਕਿਹਾ ਜਾਂਦਾ ਕਿ ਜਦੋਂ ਵਾਈਸ ਵਰਸਾ ਵੀ ਕਿਹਾ ਜਾਂਦਾ ਕਿ ਵੀ ਕੋਈ ਕਾਮਯਾਬ ਇਨਸਾਨ ਆ ਪਹਿਲਾਂ ਟੈਲੈਂਟ ਔਰ ਮਿਹਨਤ ਤਾਂ ਹੈਗੀ ਉਹਦੀ ਪਰ ਉਹਦੇ ਪਿੱਛੇ ਅਗਰ ਉਹ ਆਦਮੀ ਹੈ ਤਾਂ ਇੱਕ ਔਰਤ ਦਾ ਹੱਥ ਹੁੰਦਾ ਆ ਜੇ ਕੋਈ ਔਰਤ ਹੈ ਉਹਦੇ ਪਿੱਛੇ ਇੱਕ ਆਦਮੀ ਦਾ ਹੱਥ ਹੁੰਦਾ ਆ ਬਟ ਆਈ ਥਿੰਕ ਇਨ ਸਾਡੀ ਇੰਡਸਟਰੀ 'ਚ ਕਾਰਜ ਗਿੱਲ ਅਗਰ ਕਾਮਯਾਬ ਹੈ ਤਾਂ ਉਹਦੇ ਪਿੱਛੇ ਅਮਰਿੰਦਰ ਗਿੱਲ ਆ ਔਰ ਜੇ ਅਮਰਿੰਦਰ ਗਿੱਲ ਕਾਮਯਾਬ ਹੈ ਤਾਂ ਉਹਦੇ ਪਿੱਛੇ ਆਈ ਥਿੰਕ ਕਾਰਜ ਗਿੱਲ ਆ ਹਾਊ ਦਿਸ ਟਿਊਨਿੰਗ ਇਜ਼ ਗੋਇੰਗ ਔਨ ਮੈਨੂੰ ਲੱਗਦਾ ਇਹਦੇ ਪਿੱਛੇ ਅਮਰਿੰਦਰ ਦਾ ਹੱਥ ਓਕੇ ਹੀ ਇਜ਼ ਅ ਸਟਾਰ ਹੀ ਇਜ਼ ਅ ਮਤਲਬ ਜਿਹੜੇ ਸਟਾਰ ਹੁੰਦੇ ਉਹ ਜੰਮਦੇ ਸਟਾਰ ਹੁੰਦੇ ਆ ਓਕੇ ਉੱਥੇ ਕਾਰਜ ਹੁੰਦਾ ਜਾਂ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਣਾ ਹੈ ਓਕੇ ਯੈਸ ਓਕੇ ਬਟ ਜੇ ਕਾਰਜ ਇੱਥੇ ਆ ਉਹਦੇ ਪਿੱਛੇ ਅਮਰਿੰਦਰ ਨਹੀਂ ਹੁੰਦਾ ਤੇ ਕਾਰਜ ਇੱਥੇ ਨਹੀਂ ਹੋਣਾ ਹੈ ਇਫੈਕਟ ਹੈ ਓਕੇ ਇਹ ਇਫੈਕਟ ਹੈ ਇਹ ਰਿਐਲਿਟੀ ਹੈ ਰਾਈਟ ਸੋ ਉਹ ਵਾਲਾ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਉਹ ਹਾਫ ਠੀਕ ਹੈ ਹਾਫ ਠੀਕ ਨਹੀਂ ਹੈ ਓਕੇ ਸਿਚੁਏਸ਼ਨ ਲੈ ਲਿਓ ਹਾਂ ਓਕੇ ਉਹ ਤੇ ਮੇਰੇ ਨਾਲ ਤੇ ਕੋਈ ਨਹੀਂ ਹੁੰਦਾ ਨਾਲ ਕਾਲਜ ਤੋਂ ਹੀ ਇਕੱਠੇ ਹਨਾ ਜਦੋਂ ਫਸਟ ਗਾਣਾ ਸਟਾਰਟ ਕੀਤਾ ਸ਼ੁਰੂ ਤੋਂ ਉਸ ਤੋਂ ਪਹਿਲਾਂ ਦੇ ਜਦੋਂ ਹਾਲੀ ਕੈਰੀਅਰ ਵੀ ਸਟਾਰਟ ਨਹੀਂ ਕੀਤਾ ਉੱਥੇ ਕੋਈ ਵੀ ਹੋਰ ਹੁੰਦਾ ਅਮਰਿੰਦਰ ਗਿੱਲ ਅੱਜ ਵੀ ਅਮਰਿੰਦਰ ਗਿੱਲ ਹੀ ਹੋਣਾ ਹੈ ਪਰ ਜੇ ਅਮਰਿੰਦਰ ਗਿੱਲ ਕਾਲਜ ਨਾਲ ਨਹੀਂ ਹੁੰਦਾ
ਤੇ ਕਾਲਜ ਚ ਕਾਲਜ ਗੇਲ ਨਹੀਂ ਹੋਣਾ ਇਹ ਫੈਕਟ ਹੈ। ਚਲੋ ਕਦੇ ਮੇਰੇ ਧੰਨ ਪੱਗ ਹੋਏ ਤਾਂ ਮੈਂ ਜ਼ਰੂਰ ਪੁੱਛਣਾ ਕਿ ਤਾਂ ਵਾਈਸ ਵਰਸਾ ਕੁਐਸਚਨ ਹਾਲਾਂਕਿ ਮੈਨੂੰ ਲੱਗਦਾ ਨਹੀਂ ਧੰਨ ਪੱਗ ਖੁੱਲਣੇ ਬਟ ਅਗਰ ਹੋਏ ਤਾਂ ਵੀ ਲਾਸਟ ਡੈਫੀਨੇਟਲੀ ਜਾਂ ਕਰੰਟ ਕਿਉਂਕਿ ਜੇ 10 ਸਾਲ ਹੀ ਹੋਏ ਔਰ ਅਸੀਂ 100 ਸਾਲ ਵਾਲਾ ਸਮਾਂ ਜਿਹੜਾ ਹਿੰਦੀ ਸਿਨੇਮਾ ਸੀ ਬਹੁਤ ਛੇਤੀ ਆਪਾਂ ਉੱਥੇ ਪਹੁੰਚ ਚੁੱਕੇ ਹਾਂ। ਵੀ ਆਰ ਵੈਰੀ ਬਲੈਸਡ ਕਿ ਉਹਨਾਂ ਨੇ ਬਹੁਤ ਸਮਾਂ ਲਾਇਆ ਅਸੀਂ ਉਹ ਚੀਜ਼ਾਂ ਹੁਣ ਬਹੁਤ ਛੇਤੀ ਕਰ ਦਿੱਤੀਆਂ ਕਿ ਜਿਹੜੇ ਲੋਕੀ ਬਾਹਰ ਹਿੰਦੀ ਸਿਨੇਮਾ ਚ ਕੰਮ ਕਰਦੇ ਸੀਗੇ ਐਸ ਜਰਨਲਿਸਟ ਰਾਈਟਰ ਜਿਹੜੇ ਵੀ ਲੋਕ ਨੇ ਉਹ ਆ ਕੇ ਪੰਜਾਬੀ ਸਿਨੇਮਾ ਦੇ ਵਿੱਚ ਆਪਣਾ ਆਪਣਾ ਸਟੈਂਡ ਲੈਣ ਨੂੰ ਤਿਆਰ ਹੋ ਚੁੱਕੇ ਨੇ। ਦੈਟਸ ਵੈਰੀ ਗੁੱਡ। ਲਾਸਟ ਥਿੰਗ ਜਿਹੜੇ ਨੈਕਸਟ ਜਨਰੇਸ਼ਨ ਜਾਂ ਜਿਹੜਾ ਜੋ ਵੀ ਬੰਦਾ ਇਸ ਟਾਈਮ ਪ੍ਰੋਡਿਊਸਰ ਬਣਨਾ ਚਾਹੁੰਦਾ ਹੈ ਤੁਹਾਡੇ ਹਿਸਾਬ ਦੇ ਨਾਲ ਪੈਸੇ ਤੋਂ ਸਿਵਾ, ਪੈਸਾ ਤਾਂ ਚਲੋ ਪ੍ਰੋਡਿਊਸਰ ਕੋਲ ਹੋਣਾ ਚਾਹੀਦਾ, ਪੈਸੇ ਤੋਂ ਸਿਵਾ ਇੱਕ ਪ੍ਰੋਡਿਊਸਰ ਬਣਨ ਦੇ ਲਈ ਕੀ ਚੀਜ਼ ਜ਼ਰੂਰੀ ਹੈ? ਫਿਲਮ ਕਦੀ ਵੀ ਪੈਸੇ ਨਾਲ ਨਹੀਂ ਬਣਦੀ। ਓਕੇ, ਜੇ ਫਿਲਮਾਂ ਪੈਸੇ ਨਾਲ ਬਣਦੀਆਂ ਹੁੰਦੀਆਂ ਇਸ ਜਗ੍ਹਾ 'ਤੇ ਕੋਈ ਹੋਰ ਬੰਦਾ ਬੈਠਾ ਹੋਣਾ ਹੈ। ਓਕੇ, ਇਸ ਜਗ੍ਹਾ 'ਤੇ ਉਹ ਬੰਦਾ ਬੈਠਾ ਹੋਣਾ ਜਿਹਦੇ ਕੋਲ 200 ਕਰੋੜ ਬੈਠਾ ਪਿਆ ਹੋਊਗਾ, ਜਿਹਦੇ ਕੋਲ 100 ਕਰੋੜ ਪਿਆ ਹੋਊਗਾ। ਓਕੇ, ਰਾਈਟ, ਇੱਥੇ ਫਿਰ ਮੈਂ ਨਹੀਂ ਬੈਠਾ ਹੋਣਾ ਹੈ। ਓਕੇ, ਫਿਲਮ ਪੈਸੇ ਨਾਲ ਨਹੀਂ ਬਣਦੀ। ਓਕੇ, ਸੋ ਪ੍ਰੋਡਿਊਸਰ ਬਣਨ ਲਈ ਕੀ ਚਾਹੀਦਾ? ਤੁਸੀਂ ਕਿੰਨੇ ਕ੍ਰੀਏਟਿਵ ਹੋ, ਔਰ ਇਸ ਗੱਲ ਦਾ ਪੈਰਾਮੀਟਰ ਕੋਈ ਨਹੀਂ ਹੁੰਦਾ, ਯੂਨੋ, ਇਹ ਤੁਹਾਨੂੰ ਇੱਕ ਤੁਹਾਡੀ ਫੀਲਿੰਗ ਹੈ, ਤੁਹਾਡੀ ਗਟ ਫੀਲਿੰਗ ਜਿਹੜੀ ਹੁੰਦੀ ਆ, ਤੁਹਾਡਾ ਇੱਕ ਵਿਜ਼ਨ ਆ, ਠੀਕ ਹੈ, ਔਰ ਇਹ ਵਿਜ਼ਨ ਜਿਹੜਾ ਵਾ ਇਹ ਰੱਬ ਵੱਲੋਂ ਹੀ ਆਉਂਦਾ। ਓਕੇ, ਜਿਵੇਂ ਸਪੋਜ਼ ਕਿ ਇਹ ਨਿਗਾਉਣਾ ਹੁੰਦਾ ਨਾ, ਕੋਈ ਵੀ ਬੰਦਾ ਰਿਆਜ਼ ਕਰਕੇ ਨਹੀਂ ਗਾ ਸਕਦਾ ਹੁੰਦਾ, ਵੀ ਉਹਨੇ 8 ਸਾਲ ਰਿਆਜ਼ ਕੀਤਾ ਅਤੇ ਉਹ ਬੰਦਾ ਨਿਗਾਉਣ ਲੱਗ ਗਿਆ, ਨਹੀਂ ਇੱਦਾਂ ਨਹੀਂ ਹੁੰਦਾ। ਜਿਹਨੇ ਗਾਉਣਾ ਹੁੰਦਾ ਉਹ ਬਾਏ ਬਰਥ ਹੀ ਗਾਉਂਦਾ ਹੁੰਦਾ, ਉਹ ਰਿਆਜ਼ ਕਰਕੇ ਉਹਨੂੰ ਬਿਹਤਰ ਕਰ ਸਕਦਾ ਹੁੰਦਾ, ਰਿਆਜ਼ ਉਹ ਚੀਜ਼ ਨੂੰ ਬਿਹਤਰ ਕਰਨ ਵਾਸਤੇ ਹੁੰਦਾ। ਕੋਈ ਇੱਦਾਂ ਨਹੀਂ ਬੰਦਾ ਜਿਹਨੂੰ ਜਿਹਨੂੰ ਸੁਰ ਦਾ ਪਤਾ ਹੀ ਕੁੱਖ ਨਹੀਂ ਹੈਗਾ ਅਤੇ ਉਹ ਆ ਕੇ ਕਿ ਮੈਂ 8 ਸਾਲ ਹੋ ਗਏ ਵਾਜੇ 'ਤੇ ਬੈਠਾ ਮੈਂ ਹਾਰਮੋਨੀਅਮ 'ਤੇ ਅਤੇ ਵੇਖੋ ਮੈਂ ਵੇਖੋ ਕੀ ਬਣਦਾ, ਉਸ ਤੋਂ ਬਾਅਦ ਨਹੀਂ ਹੁੰਦਾ ਇੱਦਾਂ। ਜਿਹਨੇ ਗਾਉਣਾ ਉਹਨੂੰ ਸਮ ਟਾਈਮ ਰਿਆਜ਼ ਦੀ ਵੀ ਲੋੜ ਨਹੀਂ ਹੁੰਦੀ, ਉਹ ਇੱਦਾਂ ਕਰ ਦਿੰਦਾ। ਇਹ ਜਿਹੜੀ ਚੀਜ਼ ਆ ਇਹ ਤੁਹਾਡੇ ਅੰਦਰ ਹੀ ਹੁੰਦੀ ਆ, ਜਦੋਂ ਤੁਹਾਨੂੰ ਇਹ ਇੱਕ ਇੱਕ ਸੈਂਸ ਹੁੰਦੀ ਹੈ ਕਿ ਯਾਰ ਹਾਂ ਇਹ ਚੀਜ਼ ਕੰਮ ਕਰ ਸਕਦੀ ਆ, ਇਹ ਚੀਜ਼ ਹੋ ਸਕਦੀ ਆ, ਉਸ ਤੋਂ ਬਾਅਦ ਫਿਰ ਓਨੈਸਟ ਤੁਸੀਂ ਉਸ ਚੀਜ਼ ਨਾਲ ਕਹਿੰਦੇ ਹੋ ਕਿ ਤੁਹਾਡੇ ਵਾਸਤੇ ਉਹ ਇੱਕ ਠੀਕ ਆ, ਇੱਕ ਕਵੀ ਕੰਮ ਕਰ ਲਾਂਗੇ ਉਹ ਆ, ਕਿ ਤੁਹਾਡੇ ਵਾਸਤੇ ਉਹ ਸਭ ਕੁਛ ਲੱਗਾ ਪਿਆ ਉੱਤੇ, ਠੀਕ ਹੈ। ਮੈਨੂੰ ਮੈਂ ਆਪਣੀ ਗੱਲ ਨਹੀਂ ਕਰਦਾ, ਚਲੋ ਸਾਰੇ ਜਿੰਨੇ ਵੀ ਮੇਕਰ ਹੈਗੇ ਨੇ, ਹਰ ਫਿਲਮ ਤੋਂ ਇੱਦਾਂ ਲੱਗਦਾ ਕਿ ਯਾਰ ਇਹ ਨਾ ਚਲੀ ਤਾਂ ਮਰ ਜਾਂਗੇ, ਮਰ ਜਾਂਗੇ ਇਨ ਦਾ ਸੈਂਸ ਨੋਟ ਇਕਨੋਮਿਕਲੀ, ਤੁਹਾਡਾ ਸਟੇਟਸ ਹਰ ਫਿਲਮ ਚ ਤੁਹਾਡਾ ਓਨਾ ਹੀ ਖੂਨ ਸੁੱਕਦਾ, ਹਰ ਫਿਲਮ ਚ ਤੁਹਾਨੂੰ ਓਨੀ ਸਟ੍ਰੈਸ ਹੁੰਦੀ ਹੈ, ਹਰ ਫਿਲਮ ਚ ਤੁਹਾਡਾ ਤੁਸੀਂ ਓਨਾ ਹੀ ਡਿਪਰੈਸ਼ਨ ਚ ਜਾਂਦੇ ਹੋ, ਹਰ ਫਿਲਮ ਚ ਤੁਸੀਂ ਓਨੀਆਂ ਰਾਤਾਂ ਹੀ ਜਾਗਦੇ ਹੋ, ਔਰ ਇਹ ਰਾਤਾਂ ਜਾਗਣੀਆਂ ਇਹ ਪੂਰੀ ਟੀਮ ਦੀ ਗੱਲ ਕਰਦਾ, ਉਹ ਜਦੋਂ ਚੀਜ਼ਾਂ ਆਉਂਦੀਆਂ ਉਹ ਤੁਹਾਡੇ ਅੰਦਰੋਂ ਹੀ ਹੁੰਦੀਆਂ ਇੱਕ ਚੀਜ਼ਾਂ, ਤੁਹਾਨੂੰ ਮਰਨਾ ਪੈਂਦਾ। ਫਿਲਮ ਪੈਸੇ ਨਾਲ ਨਹੀਂ ਬਣਦੀ, ਫਿਲਮ ਮਰ ਕੇ ਬਣਦੀ ਆ। ਜਿਹੜਾ ਬੰਦਾ ਫਿਲਮ ਵਾਸਤੇ ਮਰ ਨਹੀਂ ਸਕਦਾ ਉਹ ਇਸ ਇੰਡਸਟਰੀ 'ਚ ਨਾ ਹੋਵੇ, ਔਰ ਜਿਹੜੇ ਬੰਦੇ ਨੂੰ ਲੱਗਦਾ ਕਿ ਯਾਰ ਬੜੀ ਰੰਗੀਨ ਲਾਈਫ ਆ, ਹੈ ਨਾ, ਹਾਂ ਉਹ ਤਾਂ ਬਿਲਕੁਲ ਹੀ ਨਾ ਆਵੇ, ਠੀਕ ਹੈ, ਉਹ ਤਾਂ ਸੋਚੇ ਵੀ ਨਾ ਇਸ ਗੱਲ ਨੂੰ, ਠੀਕ ਹੈ। ਹਾਂ, ਜੋ ਉਹਨੇ ਇਹ ਆ, ਨੋ ਡਾਊਟ, ਕਿਉਂਕਿ ਹਰ ਇੰਡਸਟਰੀ 'ਚ ਹਰ ਚਾਹੇ ਉਹ ਕੋਈ ਆਫਿਸ ਨੇ, ਚਾਹੇ ਉਹ ਕਾਰਪੋਰੇਟ ਆ, ਚਾਹੇ ਫਿਲਮ ਇੰਡਸਟਰੀ ਆ, ਚਾਹੇ ਕੋਈ ਜੋਬ ਵਾਲੀ ਕੋਈ ਚੀਜ਼ ਆ, ਕੋਈ ਹਰ ਜਗ੍ਹਾ 'ਤੇ ਚੰਗੇ ਮਾੜੇ ਲੋਕ ਹੁੰਦੇ ਆ, ਔਰ ਉਹਨਾਂ ਚੰਗੇ ਮਾੜੇ ਲੋਕਾਂ ਨੂੰ ਰਿਸਪੋਂਡ ਵੀ ਕਰਨ ਵਾਲੇ ਵੀ ਹੁੰਦੇ ਆ। ਮੈਂ ਨਹੀਂ ਕਹਿੰਦਾ ਕਿ ਸਿਰਫ ਉੱਪਰਲੇ ਜਿਹੜੇ ਆਉਂਦੇ ਆ ਉਹਨਾਂ 'ਚ ਹੀ ਗਲਤੀ ਹੋਊਗੀ, ਕੁਛ ਥੱਲੇ ਰਿਸਪੋਂਸ ਦੇਣ ਵਾਲੇ ਵੀ ਠੀਕ ਹੁੰਦੇ ਆ, ਨੋ ਡਾਊਟ ਹੁੰਦੇ ਆ, ਮੈਂ ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਅਗੇਨ ਫਿਰ ਉਹੀ ਗੱਲ ਹੈ ਨਾ, ਫਿਰ ਉਹ ਬੰਦੇ ਆਉਂਦੇ ਆ, ਚਲੇ ਜਾਂਦੇ ਆ, ਪੈਸੇ ਲਾਏ ਜਾਂਦੇ ਆ, ਉਹ ਠਹਿਰਦੇ ਨਹੀਂ। ਅੱਜ ਦੀ ਡੇਟ 'ਚ ਸਾਡੇ ਕੋਲੋਂ ਸਪੈਸ਼ਲੀ ਪੰਜਾਬੀ ਬਾਕੀ ਵੀ ਕਲਚਰ 'ਚ ਹੈਗਾ ਹੀ ਆ, ਬੁੱਕਸ ਖੋਲੀਆਂ ਗਈਆਂ, ਕਿਤਾਬਾਂ ਗਾਇਬ ਹੋ ਗਈਆਂ, ਸਾਡੇ ਕੋਲ ਡਿਵਾਈਸ ਆ ਗਈ ਆ, ਔਰ ਉਹ ਡਿਵਾਈਸ ਆ ਜਿੱਥੇ ਸਾਡਾ ਕੰਟਰੋਲ ਨਹੀਂ ਆ, ਰਾਈਟ, ਉੱਥੇ ਜੋ ਸਾਨੂੰ ਦਿਖਾਇਆ ਜਾਊਗਾ ਅਸੀਂ ਉਹਨੂੰ ਫੋਲੋ ਕਰਦੇ ਹਾਂ, ਰਾਈਟ। ਉਹ ਓਵਰਆਲ ਸਾਡਾ ਜਿਹੜਾ ਇੱਕ ਲੈਵਲ ਹੈ ਨਾ, ਉਹ ਓਵਰਆਲ ਹੀ ਡਾਊਨ ਹੋ ਗਿਆ।